a proud moment for Punjab Agricultural University Ludhiana. बहुत खुशी मिली सानू कि जिहड़ी पंजाब एग्रीकल्चर यूनिवर्सिटी है ये कंट्री दियां 63 स्टेट एग्रीकल्चर यूनिवर्सिटिया ने जिन्हां विचों पंजाब एग्रीकल्चर यूनिवर्सिटी नंबर 1 ते आई है। सो इट्स ए प्राउड मूवमेंट फॉर पंजाब एग्रीकल्चर यूनिवर्सिटी लुधियाना। कल नवी दिल्ली दे विच निर्फ की जिहड़ी रेटिंग हुई है ऑल इंडिया लैवल से ते ओदी अनाउंसमेंट हुई सी ते उस अनाउंसमेंट दे विच ते बहुत खुशी मिली सानू कि जिहड़ी पंजाब एग्रीकल्चर यूनिवर्सिटी है ये कंट्री दियां 63 स्टेट एग्रीकल्चर यूनिवर्सिटिया ने जिन्हां विचों पंजाब एग्रीकल्चर यूनिवर्सिटी नंबर 1 ते आई है जी। सो सानू माण वाली गल है। इस तरह पीएयू दा जिहड़ा नंबर है एक होर कैटागरी है एग्रीकल्चर एंड अलाइड सैक्टर ओदे विच पीएयू दा नंबर 3 ते है क्योंकि ओदे विच यूनिवर्सिटियां तो इलावा रिसर्च इंस्टीट्यूट्स भी आ जांदे ने। सो ओ रिसर्च भी ने ते ओवरऑल जिहड़ी रैंकिंग है पीएयू दी असीं टॉप 100 जिहड़ियां यूनिवर्सिटीज ने इंस्टीट्यूट्स ने कॉलेजेस ने ओदे विच आ गए हां ते इह गवर्नमेंट ऑफ इंडिया दी रैंकिंग है ते इहदा 74वां रैंक है सारिआं दे विच। पर जदों असीं यूनिवर्सिटियां दे विच रैंकिंग देखदे हां पीएयू दी इंडिया लैवल दे जो भी है उहदे विच 54th रैंक आया साडा। सो ये मैं सारिआं नूं अपने स्टाफ नूं टीचिंग स्टाफ नॉन टीचिंग स्टाफ क्योंकि पीएयू दी बिग फैमिली सारिआं दी बहुत वड्डी कंट्रीब्यूशन है ते उह असीं सारिआं नूं मैं बधाई दिंदा ते नाल नाल स्टेट गवर्नमेंट जिन्हां ने सानूं एड्डी वड्डी पद्धर ते सपोर्ट कीता है ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਅਭੀ ਸਾਹਿਬ ਕਿਹੜੇ ਕਿਹੜੇ ਪੈਰਾਮੀਟਰ ਸੀਗੇ ਜਿਹੜੇ ਪਰਖੇ ਗਏ ਉੱਥੇ ਜਿਹੜੇ ਅਧਿਆਪਕ ਇਸ ਬੇਸ ਤੇ ਰੈਂਕਿੰਗ ਉਹਦੇ ਚ ਦੀ ਇੱਕ ਤਾਂ ਜ਼ਿਆਦਾ ਹੈ ਜਿਹੜੀ ਇਹ ਰੈਂਕਿੰਗ ਹੁੰਦੀ ਹੈਗੀ ਇਹ ਸਟੂਡੈਂਟਸ ਦੇ ਉੱਤੇ ਜ਼ਿਆਦਾ ਹੈਗੀ ਹੈ ਕਿਉਂਕਿ ਆਈਆਈਟੀ ਵਗੈਰਾ ਚ ਉਹਦਾ ਚ ਐਕਸਟੈਂਸ਼ਨ ਦਾ ਵਰਕ ਨਹੀਂ ਹੁੰਦਾ ਹੈਗਾ। ਸੋ ਉਹਦੇ ਚ ਇੱਕ ਤਾਂ ਨੰਬਰ ਆਫ ਸਟੂਡੈਂਟਸ ਅਸੀਂ ਕਿੰਨਾ ਲੈ ਰਹੇ ਹਾਂ ਤੇ ਜਿਹਦੇ ਵਿੱਚ ਟੀਚਿੰਗ ਐਂਡ ਲਰਨਿੰਗ ਰਿਸੋਰਸਿਜ਼ ਨੇ, ਦੂਜਾ ਉਹਦੇ ਚ ਹੈਗਾ ਰਿਸਰਚ ਐਂਡ ਪ੍ਰੋਫੈਸ਼ਨਲ ਪ੍ਰੈਕਟਿਸ, ਤੀਜਾ ਪੈਰਾਮੀਟਰ ਹੈ ਗ੍ਰੈਜੂਏਸ਼ਨ ਆਊਟਕਮ ਸਾਡੇ ਬੱਚੇ ਕਿੰਨੇ ਗ੍ਰੈਜੂਏਟ ਕੀਤੇ ਅਤੇ ਕਿੰਨੀ ਪਲੇਸਮੈਂਟ ਉਹਦੇ 'ਚ ਹੋਈ ਹੈ, ਆਊਟਰੀਚ ਐਂਡ ਇਨਕਲੂਸਿਵਿਟੀ ਅਸੀਂ ਬਾਹਰ ਕਿੰਨਾ ਆਊਟਰੀਚ ਐਕਟੀਵਿਟੀਜ਼ ਕਰਦੇ ਹਾਂ ਅਤੇ ਪਰਸੈਪਸ਼ਨ ਸਾਡਾ ਕੀ ਹੈਗਾ, ਇਹ ਵੱਡੇ ਜਿਹੜੇ ਨੇ ਫੈਕਟਰਸ ਨੇ। ਹਾਂਜੀ ਇਹ ਐਵਰੀ ਈਅਰ ਹੁੰਦਾ ਜੀ ਅਤੇ ਪਹਿਲਾਂ ਅਸੀਂ ICR ਜਿਹੜੀ ਸੀ ਨਾ ਅਸੀਂ VR ਅੰਡਰ ICR ਸਿਸਟਮ ਪਹਿਲਾਂ ਅਸੀਂ ICR ਦੇ ਨਾਲ ਸੀ ਉਦੋਂ ਵੀ 2012 ਦੇ ਵਿੱਚ PAU ਨਾਲ ICR ਨੂੰ ਨੰਬਰ 1 ਰੈਂਕਿੰਗ ਕੀਤੀ ਸੀ ਪਰ ਹੁਣ ICR ਨੇ ਜਿਹੜੀ ਰੈਂਕਿੰਗ ਹੈ ਉਹ ਬੰਦ ਕਰਤੀ। ਹੁਣ ਕੰਟਰੀ ਦੇ ਵਿੱਚ ਜਿਹੜੀ ਨਿਰਫ ਦੀ ਰੇਟਿੰਗ ਹੈਗੀ ਹੈ ਉਹੀ ਵੈਲ ਐਕਸੈਪਟਡ ਹੈਗੀ, ਇਹ ਹਰ ਸਾਲ ਰੈਂਕਿੰਗ ਹੁੰਦੀ ਹੈ। ਜਿਹੜਾ ਆਪਾਂ ਪੰਜਾਬ ਦੇ ਵਿੱਚ ਖੇਤੀਬਾੜੀ ਸਾਡਾ ਖੇਤੀ ਪ੍ਰਧਾਨ ਸੂਬਾ ਹੈਗਾ, ਅਸੀਂ ਕੁਆਂਟੀਟੀ ਤੇ ਤਾਂ ਬਹੁਤ ਧਿਆਨ ਦਿੱਤਾ ਪਰ ਕੁਆਲਿਟੀ ਨੂੰ ਲੈ ਕੇ PAU ਵੱਲੋਂ ਕਿੱਦਾਂ ਦੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਜਿਹੜੀ ਚੰਗੀ ਪੈਦਾਵਾਰ। ਹਾਂਜੀ ਪਹਿਲੀ ਗੱਲ ਤਾਂ ਆਪਾਂ ਗੱਲ ਕਰਾਂਗੇ ਜਿਵੇਂ ਕੁਆਲਿਟੀ ਦੀ, ਜਿਹੜੀ ਸਾਡਾ ਵੀ ਜਿਹੜਾ ਹੁਣ ਐਮਫੇਸਿਸ ਹੈਗਾ ਉਹ ਕੁਆਂਟੀਟੀ ਦਾ ਤਾਂ ਹੈ ਹੀ ਹੈ ਨਾਲ ਕੁਆਲਿਟੀ ਦਾ। ਜਿਵੇਂ ਅਸੀਂ ਕਣਕ ਦੇ ਵਿੱਚ ਇੱਕ ਨਵੀਂ ਕਿਸਮ ਦਿੱਤੀ ਹੈ ਜਿਹਨੂੰ ਰੈਜ਼ਿਸਟੈਂਟ ਸਟਾਰਚ ਕਹਿੰਦੇ ਹਾਂ। ਰੈਜ਼ਿਸਟੈਂਟ ਸਟਾਰਚ ਕੀ ਵਰਾਇਟੀ ਹੈ ਕਿ ਜੇ ਉਹਦਾ ਆਟਾ ਉਹਦੇ ਆਪਾਂ ਲਵਾਂਗੇ ਅਤੇ ਉਹਦੀ ਰੋਟੀ ਬਣਾਵਾਂਗੇ ਜਿਹੜੇ ਡਾਇਬੀਟਿਕ ਲੋਕ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਕਰਦਾ। ਸੋ ਬਹੁਤ ਪਾਪੂਲੇਸ਼ਨ ਜਿਹੜੀ ਇੰਡੀਆ ਦੇ ਵਿੱਚ ਹੁਣ ਡਾਇਬੀਟਿਕ ਹੈਗੀ ਹੈ ਉਹ ਜਿਹੜੀ ਸਾਡੀ ਰੈਜ਼ਿਸਟੈਂਟ ਸਟਾਰਚ ਵਰਾਇਟੀ ਅਸੀਂ ਦਿੱਤੀ ਹੈ ਉਹ ਕੁਆਲਿਟੀ ਹੈ। ਸੋ ਉਹ ਸਾਰੇ ਲੋਕ ਡਾਇਬੀਟਿਕ ਲੈ ਸਕਦੇ ਨੇ, ਅਸੀਂ ਉਹਨੂੰ ਕਮਰਸ਼ਲਾਈਜ਼ ਹੋਰ ਕਰ ਰਹੇ ਹਾਂ ਆਉਣ ਵਾਲੇ ਸਾਲਾਂ ਦੇ ਵਿੱਚ। ਅਤੇ ਦੂਜਾ ਇਸੇ ਤਰ੍ਹਾਂ ਅਸੀਂ ਇੱਕ ਹਾਈ ਜਿੰਕ ਵਰਾਇਟੀ ਕੱਢੀ ਕਣਕ ਦੀ। ਉਹਦੇ 'ਚ ਕੀ ਹੈ ਕਿ ਪਹਿਲਾਂ ਜਿਹੜੇ ਆਪਾਂ ਬਿਮਾਰ ਹੁੰਦੇ ਸੀ ਡਾਕਟਰ ਕੋਲ ਜਾਂਦੇ ਸੀ ਅਤੇ ਉਹ ਆਪਾਂ ਨੂੰ ਵਿਟਾਮਿਨ ਦਿੰਦੇ ਸੀ ਪਰ ਹੁਣ ਕੁਛ ਸਾਲਾਂ ਤੋਂ ਇਹ ਹੋ ਰਿਹਾ ਕਿ ਵਿਟਾਮਿਨ ਦੇ ਨਾਲ ਨਾਲ ਉਹ ਕਹਿੰਦੇ ਜੀ ਤੁਹਾਨੂੰ ਨਿਊਟ੍ਰੀਐਂਟ ਡੈਫੀਸ਼ੀਐਂਸੀ ਹੈਗੀ ਹੈ, ਜਿੰਕ ਦੀ ਡੈਫੀਸ਼ੀਐਂਸੀ ਹੈ, ਆਇਰਨ ਦੀ ਡੈਫੀਸ਼ੀਐਂਸੀ ਹੈ, ਕੈਲਸ਼ੀਅਮ ਦੀ ਡੈਫੀਸ਼ੀਐਂਸੀ, ਉਹਦੀ ਵੀ ਟੇਬਲੇਟ ਆਪਾਂ ਨੂੰ ਦੇ ਰਹੇ ਹਾਂ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਜਿੰਕ ਹੈਗੀ, ਆਇਰਨ ਹੈਗੀ, ਇਹ ਅਸੀਂ ਇਹਨੂੰ ਇੱਦਾਂ ਦੀ ਵਰਾਇਟੀ ਬਣਾ ਦਈਏ ਕਿ ਵਰਾਇਟੀ ਹੀ ਜਿੰਕ ਬਣਾਵੇ, ਵਰਾਇਟੀ ਹੀ ਆਇਰਨ ਬਣਾਵੇ। ਅਸੀਂ ਇੱਕ ਵਰਾਇਟੀ ਹੁਣ ਜਿੰਕ ਦੀ ਬਣਾ ਲਈ ਹੈ ਹਾਈ ਜਿੰਕ ਵਾਲੀ ਅਤੇ ਦੂਜੀ ਜਿਹੜੀ ਹੈਗੀ ਆਇਰਨ ਵਾਲੀ ਵੀ ਨਾਲ ਆਇਰਨ ਅਤੇ ਜਿੰਕ ਉਹ ਵੀ ਪਾਈਪਲਾਈਨ 'ਚ ਅਸੀਂ ਕੁਛ ਸਾਲਾਂ 'ਚ ਅੱਗੇ ਰਿਲੀਜ਼ ਕਰਾਂਗੇ। ਅਤੇ ਇਸੇ ਤਰ੍ਹਾਂ ਅਸੀਂ ਇੱਕ PAU ਚਪਾਤੀ 1 ਵਰਾਇਟੀ ਦਿੱਤੀ PAU ਚਪਾਤੀ,
ਉਹ ਇੰਨੀ ਵਧੀਆ ਹੈਗੀ ਕਿ ਜਿਹੜੀ ਹੁਣ ਆਪਾਂ ਇਹ ਕਹਿੰਦੇ ਕਿ ਐਮ ਪੀ ਦੀਆਂ ਕਣਕਾਂ, ਐਮ ਪੀ ਦੀ ਜਿਹੜੀ ਕਣਕ ਦੀ ਰੋਟੀ ਹੈ ਉਹ ਵਧੀਆ ਹੈਗੀ, ਜਿਹੜੀ ਪੀ ਏ ਯੂ ਚਪਾਤੀ ਨਵੀਂ ਵਰਾਇਟੀ ਦਿੱਤੀ ਹੈ ਇਹ ਉਸ ਤੋਂ ਵੀ ਵਧੀਆ ਹੈ, ਇਹ ਸਾਡੀ ਆਪਣੀ ਹੈ ਉਸ ਤੋਂ ਵਧੀਆ ਹੈ ਅਤੇ ਅਸੀਂ ਇਹਨੂੰ ਪ੍ਰਮੋਟ ਕਰ ਰਹੇ ਹਾਂ, ਫੁਲਕਾ ਬਿਲਕੁਲ ਪੱਕ ਜਾਂਦਾ। ਫਿਰ ਅੱਗੇ ਮਸਟਰਡ ਦੀ ਗੱਲ ਹੈ, ਹੁਣ ਮਸਟਰਡ ਜਿਹੜਾ ਹੈਗਾ ਇੰਡੀਆ ਬਹੁਤ ਸਾਰੀਆਂ ਪਲਸਿਸ ਅਤੇ ਆਇਲ ਸੀਡ ਕੈਨੇਡਾ ਤੋਂ ਹੋਰ ਬਹੁਤ ਸਾਰੇ ਕੰਟਰੀਆਂ ਤੋਂ ਇੰਪੋਰਟ ਕਰ ਰਿਹਾ, ਪਰ ਜਿਵੇਂ ਹੁਣ ਅਸੀਂ ਗੱਲ ਕਰੀਏ ਕਨੋਲਾ ਆਇਲ, ਜੀਵੋ ਕਨੋਲਾ ਸਾਰਿਆਂ ਨੂੰ ਪਤਾ, ਆਪਾਂ ਕਹਿੰਦੇ ਕਿ ਜੇ ਕੋਲੈਸਟ੍ਰੋਲ ਦੀ ਪ੍ਰੋਬਲਮ ਹੈ ਕਨੋਲਾ ਆਇਲ ਖਾਓ, ਦੇਸੀ ਘਿਓ ਨਹੀਂ ਖਾਣਾ। ਸੋ ਜਿਹੜਾ ਜੀਵੋ ਕਨੋਲਾ ਹੈਗਾ ਉੱਥੋਂ ਆ ਰਿਹਾ, ਉਸ ਜੀ ਐੱਮ ਹੈ ਉੱਥੇ ਜ਼ਰਾ, ਉੱਥੋਂ ਉਹ ਆਇਲ ਤਾਂ ਅਸੀਂ ਲੈ ਰਹੇ ਹਾਂ। ਸਾਡੇ ਕੋਲ ਹੁਣ ਇਹੋ ਜਿਹੀਆਂ ਵਰਾਇਟੀਜ਼ ਨੇ ਇੱਥੇ ਮਸਟਰਡ ਦੀਆਂ ਜਿਹੜੀਆਂ ਦੀ ਅਸੀਂ ਡਬਲ ਜੀਰੋ ਕਹਿੰਦੇ ਹਾਂ। ਡਬਲ ਜੀਰੋ ਮੀਨਸ ਇੱਕ ਤਾਂ ਰੂਸੀ ਕੇਸਡ 'ਚ ਕੰਟੈਕਟ ਹੁੰਦਾ ਉਹ ਅਸੀਂ ਜੀਰੋ ਕਰਤਾ, ਅਤੇ ਕੜੱਤਣ ਹੁੰਦੀ ਜਿਹਦੇ ਕਰਕੇ, ਇੱਕ ਗਲੂਕੋਨੋਸਿਨੋਲੇਟ ਹੁੰਦੇ ਨੇ ਗਲੂਕੋਨੋਸਿਨੋਲੇਟਸ, ਉਹ ਵੀ ਇੱਦਾਂ ਦੇ ਕੰਪਾਊਂਡ ਨੇ ਉਹ ਸਾਡੇ ਵਾਸਤੇ ਜਿਹੜੀ ਬਲੱਡ ਥਿਕਰ ਟਾਈਪ ਹੈਗੇ ਨੇ ਉਹ ਵੀ ਅਸੀਂ ਜੀਰੋ ਕਰਦੇ। ਸੋ ਸਾਡੇ ਡਬਲ ਜੀਰੋ ਹੁਣ ਅਸੀਂ ਮਸਟਰਡ ਸਾਡੀ ਹੈਗੀ ਈਲਡ ਉਹਦੀ 8 ਤੋਂ 10 ਕੁਇੰਟਲ ਆ ਜਾਂਦੀ ਹੈ। ਸਾਨੂੰ ਇਹ ਲੱਗਦਾ ਹੈਗਾ ਕਿ ਜੇ ਲੋਕ ਸਮਝਣ ਕਿ ਇਹਦੀ ਕੁਆਲਿਟੀ ਵੀ ਕਨੋਲਾ ਦੇ ਬਰਾਬਰ ਹੈਗੀ, ਨੌਨ ਜੀ ਐੱਮ ਹੈਗਾ, ਈਲਡ ਵੀ ਚੰਗਾ, ਇੱਕ ਤਾਂ ਇਹ ਹੈ ਵੀ ਲੋਕਾਂ ਦੀ ਸਿਹਤ ਵਾਸਤੇ ਵਧੀਆ ਅਤੇ ਨਾਲੇ ਕਰੋਪ ਡਾਇਵਰਸੀਫਿਕੇਸ਼ਨ 'ਚ ਆ ਜੂਗਾ ਕਿਉਂਕਿ ਈਲਡ ਵੀ ਚੰਗੀ ਇਹਦੀ 'ਚ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਿਵੇਂ ਗਵਰਨਮੈਂਟ ਦੇ ਵਿੱਚ ਮਾਰਕ ਫੈਡ ਹੈ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਹੈ ਵੀ ਜਿਹੜਾ ਆਮ ਕਰਕੇ ਉਹ ਤੇਲ ਬਣਾ ਰਹੇ ਨੇ, ਮਾਰਕੀਟ ਦੇ ਪ੍ਰੋਡਕਟਸ ਬਹੁਤ ਅੱਛੇ ਨੇ, ਵੀ ਉਹਨਾਂ ਦੀ ਬਜਾਏ ਜਿਹੜੇ ਇੱਦਾਂ ਦੇ ਸਟੇਟ ਸਪੈਸੀਫਿਕ ਮਾਰਕੀਟਸ ਨੇ, ਜਿਵੇਂ ਜੇ ਉਹ ਆਟਾ ਬਣਾ ਰਹੇ ਨੇ ਮਾਰਕ ਫੈਡ ਵਾਲੇ, ਜੇ ਉਹ ਗੁੜ ਬਣਾ ਰਹੇ ਨੇ, ਜੇ ਉਹ ਸਰਸੋਂ ਦਾ ਤੇਲ ਬਣਾ ਰਹੇ ਨੇ, ਇਹ ਵਰਾਇਟੀਆਂ ਦੇ ਬਣਾਉਣ ਜਿਹੜੀਆਂ ਸਾਡੀਆਂ ਅਸੀਂ ਨਵੀਆਂ ਟ੍ਰੇਡ ਸਪੈਸੀਫਿਕ ਵਰਾਇਟੀਆਂ ਜਿਹਦਾ ਕਿ ਐਜ ਹੋਏਗਾ ਇਹ ਹਲੇ ਇੰਡੀਆ 'ਚ ਕਿਸੇ ਕੋਲ ਨਹੀਂ ਹੈਗੀਆਂ। ਦੇਖੋ ਪੀ ਏ ਯੂ ਵੱਲੋਂ ਤਾਂ ਇਹ ਹੈਗਾ ਕਿ ਅਸੀਂ ਪਾਣੀ ਬਚਾਉਣਾ ਸਾਡਾ ਬਹੁਤ ਜ਼ੋਰ ਲੱਗਿਆ ਹੈ। ਸੋ ਇੱਕ ਤਾਂ ਉਹ ਤਾਂ ਹੋਈ ਹੈ ਕਿ ਅਸੀਂ 20 ਜੂਨ ਤੋਂ ਬਾਅਦ ਲਾਉਣਾ ਹੈਗਾ, ਦੂਜਾ ਅਸੀਂ ਸ਼ੋਰਟ ਡੂਰੇਸ਼ਨ ਵਰਾਇਟੀਆਂ ਦੇ ਰਹੇ ਹਾਂ। ਜਦੋਂ ਵਰਾਇਟੀ ਹੀ ਸ਼ੋਰਟ ਡੂਰੇਸ਼ਨ ਹੋਏਗੀ, ਜਿਵੇਂ ਪੂਸਾ 44 ਸੀ ਉਹ 160 ਦਿਨਾਂ 'ਚ ਪੱਕਦੀ ਸੀ, ਪਾਣੀ ਵੀ ਬਹੁਤ ਲੈਂਦੀ ਸੀ, ਹੁਣ ਅਸੀਂ ਇੱਕ ਨਵੀਂ ਵਰਾਇਟੀ ਦਿੱਤੀ ਹੈ ਜਿਹੜੀ ਕਿ PR 126 ਹੈ, ਉਹ ਇੰਨੀ ਵਧੀਆ ਵਰਾਇਟੀ ਹੈਗੀ ਅਤੇ 124-125 ਦਿਨਾਂ 'ਚ ਪੱਕ ਜਾਂਦੀ ਹੈ ਅਤੇ ਉਹਨੂੰ ਪਾਣੀ ਵੀ ਘੱਟ ਲੱਗਦਾ ਅਤੇ ਸ਼ੋਰਟ ਡੂਰੇਸ਼ਨ ਹੈਗੀ, ਪਰਾਲੀ ਵੀ ਥੋੜ੍ਹੀ ਘੱਟ ਬਣਦੀ ਹੈ, ਉਹਦੀ ਹਾਈਟ ਵੀ ਘੱਟ ਹੈ। ਸੋ ਇਹੋ ਜਿਹੀਆਂ ਵਰਾਇਟੀਆਂ ਅਸੀਂ ਪ੍ਰਮੋਟ ਕਰ ਰਹੇ ਹਾਂ ਬਹੁਤ, ਜਿਵੇਂ DSR ਹੈ ਜਿਹਦੇ ਨਾਲ ਪਾਣੀ ਬਚਦਾ ਉਹਨੂੰ ਪ੍ਰਮੋਟ ਕਰ ਰਹੇ ਹਾਂ, ਅਤੇ ਬੈੱਡ ਪਲਾਂਟਿੰਗ ਹੈਗੀ ਹੈ, ਰਿਜ ਪਲਾਂਟਿੰਗ ਹੈਗੀ, ਹਰ ਤਰ੍ਹਾਂ ਦੀ ਆਪਸ਼ਨ ਦੇ ਰਹੇ ਹਾਂ ਜੋ ਕਿਸੇ ਨੂੰ ਚੰਗਾ ਲੱਗਦਾ ਫਾਰਮ ਨੂੰ ਉਹ ਕਰ ਲਈਏ। ਹਾਂਜੀ, ਜਿਹੜੀ ਕਰੋਪ ਡਾਇਵਰਸੀਫਿਕੇਸ਼ਨ ਹੈ PAU ਤਾਂ 20 ਸਾਲ ਤੋਂ ਲੱਗੀ ਇਸ ਚੀਜ਼ ਦੇ ਪਿੱਛੇ, ਸਾਡੇ ਕੋਲ ਆਲਟਰਨੇਟਿਵ ਵਰਾਇਟੀਜ਼ ਹੈਗੀਆਂ, ਜਿਵੇਂ ਹੁਣ ਅਸੀਂ ਕਣਕ ਦਾ ਸਾਨੂੰ ਬਹੁਤੀ ਤਕਲੀਫ ਨਹੀਂ ਹੈਗੀ, ਕਣਕ ਪਾਣੀ ਵੀ ਨਹੀਂ ਲੈਂਦੀ, ਕਣਕ ਨੂੰ ਬਹੁਤੀ ਬਿਮਾਰੀ ਵੀ ਨਹੀਂ ਪੈਂਦੀ, ਕੀੜਾ ਵੀ ਨਹੀਂ ਆਉਂਦਾ, ਸਾਡੇ ਕੋਲ ਸਾਰੇ ਇਲਾਜ ਹੈਗੇ ਨੇ। ਸਭ ਤੋਂ ਵੱਡੀ ਪ੍ਰੋਬਲਮ ਝੋਨੇ ਦੀ ਹੈਗੀ ਹੈ, ਝੋਨੇ ਨੂੰ ਲੋਕ ਕਿਉਂ ਨਹੀਂ ਛੱਡਦੇ, ਦੋ ਰੀਜ਼ਨ ਹੈਗੇ ਨੇ, ਇੱਕ ਤਾਂ ਝੋਨੇ ਦੀ ਜਿਹੜੀ ਫਸਲ ਹੈਗੀ ਅਸ਼ੋਰਡ ਹੈ, ਜੇ ਲਾਵੇਗਾ ਨਾ ਫਾਰਮਰ ਤਾਂ ਉਹਨੇ ਹਾਰਵੈਸਟ ਕਰਨਾ ਹੀ ਕਰਨਾ, ਚੰਗੀ ਹਾਰਵੈਸਟ ਹੋ ਜਾਂਦੀ ਕਿਉਂਕਿ ਸਾਰਾ ਕੁਛ ਉਹਦੀ ਸੀਡ ਵੀ ਚੰਗਾ, ਵਰਾਇਟੀਆਂ ਚੰਗੀਆਂ ਨੇ, ਪ੍ਰੋਟੈਕਸ਼ਨ ਟੈਕਨੋਲੋਜੀ ਹੈਗੀਆਂ, ਪ੍ਰੋਟੈਕਸ਼ਨ ਟੈਕਨੋਲੋਜੀ ਹੈਗੀਆਂ ਨੇ। ਦੂਜੀ ਉਹਦੀ ਜਿਹੜੀ ਮਾਰਕੀਟਿੰਗ ਹੈਗੀ ਅਸ਼ੋਰਡ MSP ਹੈ। ਹੁਣ ਜੇ ਫਾਰਮਰ ਹੈ, ਖਾਸ ਕਰ ਜਿਹੜੇ ਠੇਕੇ 'ਤੇ ਲੈਂਦੇ ਨੇ ਜ਼ਮੀਨਾਂ, ਅੱਜ ਕੱਲ੍ਹ ਠੇਕੇ 60,000-70,000 ਕਿੱਲੇ ਦਾ ਹੋ ਗਿਆ, ਹੁਣ ਜੇ ਠੇਕਾ ਜਿਹਨੇ ਦਿੱਤਾ ਹੈ 60,000, ਉਹ ਕਦੇ ਰਿਸਕ ਨਹੀਂ ਲਊਗਾ ਹੋਰ ਫਸਲ ਲਾਉਣ ਦਾ, ਉਹਨੂੰ ਪਤਾ ਮੈਂ ਉਹੀ ਫਸਲ ਲਾਵਾਂ ਜਿਹੜੀ ਅਸ਼ੋਰਡ ਹੈ, ਅਤੇ ਉਹ ਝੋਨਾ ਨਹੀਂ ਛੱਡ ਕੇ ਰਹਾ ਜੀ। ਸੋ ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ, ਇਹ ਵੀ ਬਹੁਤ ਵੱਡਾ ਫੈਕਟਰ ਹੈ। ਜੇ ਦੇਖੋ ਸਮ ਹਾਓ ਸਾਡੀ ਜਿਹੜੀ ਮਾਰਕੀਟਿੰਗ ਸ਼ੋਰਟ ਹੋ ਜਾਵੇ ਆਲਟਰਨੇਟ ਕਰੋਪਸ 'ਤੇ, ਪਲਸਿਸ 'ਤੇ ਹੋ ਜਾਵੇ, ਆਇਲ ਸੀਡ 'ਤੇ ਹੋ ਜਾਵੇ, ਵੈਜੀਟੇਬਲ 'ਤੇ ਹੋ ਜਾਵੇ, ਫਰੂਟਸ 'ਤੇ ਹੋ ਜਾਵੇ, ਜਿੰਨਾ ਵੀ ਹੋ ਸਕਦਾ ਪ੍ਰੋਸੈਸਿੰਗ ਲੱਗ ਜਾਵੇ, ਫਿਰ ਲੋਕ ਛੱਡ ਦੇਣਗੇ ਝੋਨਾ। ਸਰ ਇੱਕ ਤਾਂ ਸਾਡੇ ਕੋਲ ਟੋਟਲ 15 ਫਾਰਮਰ ਆਏ ਨੇ, ਜਿਨ੍ਹਾਂ ਵਿੱਚੋਂ USA ਤੋਂ ਸੀ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਜੈਂਬੀਆ ਤੋਂ, ਤਨਜ਼ਾਨੀਆ ਤੋਂ, ਅਤੇ ਉਹਨਾਂ ਨੇ ਬਹੁਤ ਅੱਛੇ ਸੁਝਾਅ ਦਿੱਤੇ ਨੇ। ਇੱਕ ਤਾਂ ਇਹ ਹੈਗਾ, ਉਹ ਕਹਿੰਦੇ ਵੀ ਤੁਸੀਂ ਕਦੇ ਵੀ ਜਿਹੜਾ ਤੁਹਾਡੀ ਪ੍ਰੋਡਿਊਸ ਹੈ ਜਿਵੇਂ ਕਣਕ ਹੈ, ਅਤੇ ਉਹਨੂੰ ਕਦੇ ਮੰਡੀ 'ਚ ਨਹੀਂ ਲੈ ਕੇ ਜਾਣਾ, ਉਹਨੂੰ ਪ੍ਰੋਸੈਸਿੰਗ ਕਰੋ। ਪ੍ਰੋਸੈਸਿੰਗ 2-3 ਲੈਵਲ 'ਤੇ ਹੁੰਦੀ ਹੈ, ਪ੍ਰਾਇਮਰੀ ਪ੍ਰੋਸੈਸਿੰਗ, ਸੈਕੰਡਰੀ ਪ੍ਰੋਸੈਸਿੰਗ, ਟਰਸਰੀ ਪ੍ਰੋਸੈਸਿੰਗ। ਜਿਹੜੀ ਪ੍ਰਾਇਮਰੀ ਪ੍ਰੋਸੈਸਿੰਗ ਹੈ ਬਹੁਤ ਸਿੰਪਲ ਹੁੰਦੀ ਹੈ ਕਿ ਉਹਦੇ ਸਿੰਪਲ ਕਲੀਨਿੰਗ, ਗ੍ਰੇਡਿੰਗ, ਪੈਕਿੰਗ ਹੀ ਹੁੰਦੀ ਹੈ। ਫਾਰ ਇੰਸਟਾਂਸ ਆਪਾਂ ਮੂੰਗੀ, ਮਾਂਹ ਬੀਜਦੇ ਹਾਂ, ਦਾਲਾਂ ਬੀਜਦੇ ਹਾਂ, ਉਹਨੂੰ ਅਸੀਂ ਕਲੀਨ ਕਰ ਲਿਆ, ਆਪਾਂ ਤਾਂ ਮੰਡੀ 'ਚ ਦੇ ਆਉਂਦੇ ਹਾਂ ਆਮ ਫਾਰਮਰ, ਜੇ ਉਹਨੂੰ ਅਸੀਂ ਸਾਫ਼ ਕਰ ਲਈਏ ਅਤੇ ਉਹਦੀ ਅਸੀਂ ਗ੍ਰੇਡਿੰਗ ਕਰ ਲਈਏ ਅਤੇ ਉਹਨੂੰ ਪਲਾਸਟਿਕ ਦੇ ਲਿਫਾਫੇ 'ਚ ਬੰਦ ਕਰ ਦਈਏ ਜਾਂ ਸਪਲਿਟ ਕਰ ਦਈਏ, ਉਹਦਾ ਰੇਟ ਡਬਲ ਹੋ ਜਾਂਦਾ। ਉਹ ਕਹਿੰਦੇ ਅਸੀਂ ਕਦੇ ਵੀ
ਇਦਾਂ ਸੀਡ ਮੰਡੀ 'ਚ ਨਹੀਂ ਲੈ ਕੇ ਜਾਂਦੇ। ਘੱਟ ਤੋਂ ਘੱਟ ਪ੍ਰਾਇਮਰੀ ਪ੍ਰੋਸੈਸਿੰਗ ਤਾਂ ਅਸੀਂ ਕਰਦੇ ਹੀ ਹਾਂ। ਇੱਦਾਂ ਹੀ ਹੁਣ ਜਿਵੇਂ ਕਣਕ ਲਾ ਰਹੇ ਹਾਂ, ਉਹ ਕਹਿੰਦੇ ਜੀ ਅਸੀਂ ਤਾਂ ਕਣਕ ਦਾ ਆਸ਼ੀਰਵਾਦ ਦੀ ਤਰ੍ਹਾਂ ਆਟਾ ਆਪਣੀਆਂ ਚੱਕੀਆਂ ਲਾਈਆਂ ਨੇ, ਅਸੀਂ ਕਣਕ ਦਾ ਆਟਾ ਬਣਾ ਕੇ ਅਤੇ ਉਹ ਅੱਗੇ ਮਾਰਕੀਟ ਕਰਦੇ ਹਾਂ। ਸੋ ਉਹਨਾਂ ਦਾ ਕਹਿਣ ਦਾ ਆਈਡੀਆ ਸੀ ਕਿ ਬਿਜ਼ਨਸ ਵੀ ਸਾਨੂੰ ਨਾਲ ਫਾਰਮ ਨੂੰ ਕਰਨਾ ਪੈਣਾ। ਹਾਂਜੀ, ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਨਾਲ ਨਾਟ ਓਨਲੀ ਦਿਸ, ਉਹਨਾਂ ਕੋਲ ਹੋਰ ਵੀ ਅੱਛੀ ਅੱਛੀਆਂ ਟੈਕਨੋਲੋਜੀਜ਼ ਹੈਗੀਆਂ ਨੇ ਜਿਹੜੀਆਂ ਕਿ ਅਸੀਂ ਉਹਨਾਂ ਤੋਂ ਬੋਰੋ ਕਰਾਂਗੇ। ਇਹ ਤਾਂ ਇੱਕ ਬਿਗਨਿੰਗ ਸੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਐਨੂਅਲ ਫੀਚਰ ਕਰਾਂਗੇ। ਉਹ ਲੋਕ ਇੰਨੀ ਹੈਲਪ ਕਰਨਾ ਚਾਹੁੰਦੇ ਨੇ ਪੰਜਾਬ ਦੀ, PAU ਦੀ, ਵੀ ਅਸੀਂ ਇੱਥੇ ਆਪਾਂ ਕੁਛ ਕਰੀਏ। ਸੋ ਉਹ ਅਸੀਂ ਉਹਨਾਂ ਦਾ ਫਾਇਦਾ ਉਠਾਵਾਂਗੇ। ਸਰ, PAU ਦਾ ਇਹ ਹੈਗਾ ਕਿ ਅਸੀਂ ਕਿਉਂਕਿ ਇਹ ਜਿਹੜੀ ਮੇਨ ਰਿਸਪੋਂਸੀਬਿਲਟੀ ਦਿੱਤੀ ਗਈ ਹੈ, ਇਹਦੀ ਪੰਜਾਬ ਫਾਰਮਰਸ ਕਮਿਸ਼ਨ ਚੇਅਰਮੈਨ ਨੂੰ ਦਿੱਤੀ ਗਈ ਹੈ, ਪਰ PAU ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵਡ ਹੈਗੀ ਹੈ ਕਿਉਂਕਿ PAU ਦੇ ਵਿੱਚ ਜਿਹੜੀਆਂ ਟੈਕਨੋਲੋਜੀ ਡਿਵੈਲਪ ਹੋ ਰਹੀਆਂ ਨੇ ਜਾਂ ਹੋਰ ਸੁਜੈਸਟ ਕਰਨਾ, ਅਤੇ ਅਸੀਂ ਇੱਥੇ ਕਾਫੀ ਮੀਟਿੰਗਾਂ ਕਰ ਚੁੱਕੇ ਹਾਂ ਅਤੇ ਉਹਨਾਂ ਦੇ ਨਾਲ ਅਸੀਂ ਕੰਬਾਈਂਡ ਹੀ ਕਰ ਰਹੇ ਹਾਂ। ਥੈਂਕ ਯੂ।